ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਵਾਲੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਜ਼ਰਾ ਜਿਹਾ ਵੀ ਫੀਲ ਹੋਵੇ ਨਾ ਕਿ ਵੀ ਇੱਕ 1.5 ਮਿੰਟ ਖਰਾਬ ਹੋ ਗਿਆ, ਅਗਲਾ ਸੈਕਿੰਡ ਵੀ ਸੋਚਣ ਦੀ ਲੋੜ ਨਹੀਂ, ਸਿੱਧਾ ਬਲੋਕ ਮਾਰ ਦਿਓ। ਇੰਨਾ ਅਲਟੀਮੇਟ ਪੀਸ ਬਣਿਆ ਨਾ ਮੈਨੂੰ ਆਪਦੀ ਫੋਟੋਗ੍ਰਾਫੀ 'ਤੇ ਅਤੇ ਆਪਦੇ ਪੀਸ ਦੀ ਕਾਰੀਗਰੀ 'ਤੇ ਇੰਨਾ ਕੁ ਜ਼ਿਆਦਾ ਮਾਣ ਹੈ ਨਾ ਕਿ ਆਪਾਂ ਖੁੱਲ੍ਹਾ ਚੈਲੇਂਜ ਦੇ ਸਕਦੇ ਹਾਂ। ਇਹ ਵਾਲਾ ਪੀਸ ਫੁੱਲੀ ਕਸਟਮਾਈਜ਼ ਕੀਤਾ ਹੋਇਆ, ਫੈਬਰਿਕ ਤੋਂ ਲੈ ਕੇ ਮਟੀਰੀਅਲ ਤੋਂ ਲੈ ਕੇ ਥਰੈਡ ਦੀ ਟੱਚਿੰਗ ਤੋਂ ਲੈ ਕੇ ਕਮੀਜ਼ ਬੋਟਮ ਪਲੱਸ ਦੁਪੱਟਾ ਈਚ ਐਂਡ ਐਵਰੀਥਿੰਗ ਮੈਡਮ ਦੇ ਅਕੋਰਡਿੰਗ ਕਸਟਮਾਈਜ਼ ਕੀਤੀ ਹੋਈ ਹੈ। ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਪੀਸ ਕਹੋਗੇ ਨਾ, ਐਗਜੈਕਟ ਉਹੀ ਪੀਸ ਬਣੇਗਾ, ਉਸੇ ਤਰ੍ਹਾਂ ਦਾ ਹੀ ਵਰਕ ਹੋਏਗਾ। ਜਦੋਂ ਵੀ ਤੁਸੀਂ ਚਾਹੋ ਸਾਡੇ ਤੋਂ ਫੋਟੋਜ਼ ਮੰਗ ਸਕਦੇ ਹੋ, ਵਰਕਿੰਗ ਪ੍ਰੋਸੈਸ ਦੀ ਫੋਟੋ ਮੰਗ ਲਓ, ਠੀਕ ਹੈ ਨਾ, ਫੈਬਰਿਕ ਡਾਇੰਗ ਤੋਂ ਬਾਅਦ ਦੀ ਫੋਟੋ ਮੰਗ ਲਓ, ਜਦੋਂ ਵੀ ਤੁਸੀਂ ਮੰਗੋਗੇ ਤੁਹਾਨੂੰ ਫੋਟੋਜ਼ ਪ੍ਰੋਵਾਈਡ ਹੋ ਜੂੰਗੇ, ਜਿਹੜੇ ਸਾਡੇ ਨਾਲ ਕਸਟਮਰ ਲਿੰਕ 'ਚ ਹੈ ਨਾ ਉਹਨਾਂ ਨੂੰ ਸਭ ਪਤਾ ਹੈ। ਸ਼ਰਾਰੇ 'ਤੇ ਬਹੁਤ ਹੀ ਸੋਹਣਾ ਬੋਰਡਰ 'ਤੇ ਵਰਕ ਕੀਤਾ ਹੋਇਆ ਇਹ ਵਾਲਾ ਪੀਸ। ਜਦੋਂ ਮੈਂ ਫੋਟੋਗ੍ਰਾਫੀ ਕਰ ਰਿਹਾ ਸੀ ਨਾ, ਮੇਰੀ ਰੂਹ ਖੁਸ਼ ਹੋ ਗਈ ਸੀਗੀ। ਮੈਂ ਕਿਹਾ ਮੈਡਮ ਜਦੋਂ ਆਪਦੇ ਵਿਆਹ 'ਤੇ ਆਪਣਾ ਰੈੱਡ ਕਲਰ ਦਾ ਸੂਟ ਪਾਣਗੇ ਨਾ, ਸਾਰਿਆਂ ਦੀ ਨਿਗਾਹ ਮੈਡਮ ਦੇ ਉੱਤੇ ਹੋਣੀ ਹੈ। ਅਤੇ ਮੈਡਮ ਨੂੰ ਵੀ ਮੈਨੂੰ ਪੂਰਾ ਮਾਣ ਹੈ ਕਿ ਮੈਡਮ ਨੇ ਵੀ ਕਹਿਣਾ ਕਿ ਹਾਂ ਵਿਰਾਸਤ ਕੋਚਰ ਵਾਲਿਆਂ ਤੋਂ ਆਪਣਾ ਸੂਟ ਬਣਵਾਇਆ ਗਿਆ। ਅਤੇ ਜਦੋਂ ਵਾਲਾ ਜਦੋਂ ਵੀ ਪੀਸ ਮੇਰੇ ਕੋਲ ਉੱਤਰ ਕੇ ਆਉਂਦਾ ਨਾ ਵਰਕ 'ਚੋਂ, ਮੈਨੂੰ ਆਪਦੇ ਕਾਰੀਗਰਾਂ 'ਤੇ ਮਾਣ ਹੁੰਦਾ। ਅਤੇ ਇਹ ਵਾਲਾ ਪੀਸ ਬਹੁਤ ਸੋਹਣਾ ਬਣਿਆ। ਥੈਂਕ ਯੂ ਸੋ ਮੱਚ ਮੈਮ ਔਡਰ ਕਰਨ ਵਾਸਤੇ।